ਮੈਂ ਓਪਨਲੀ ਮੈਸੇਜ ਦਿੱਤਾ ਮਜੀਠੇ ਨੂੰ ਕਿ ਲਕੀਰ ਮਾਰ ਲਵੇ ਇਹਦਾ ਪੰਗਾ ਹੁਣ ਸਹੀ ਜਗ੍ਹਾ ਤੇ ਪਿਆ ਤੇ ਆ ਜੇ ਮੈਦਾਨ ਦੇ ਵਿੱਚ ਇਹ ਕਹਿੰਦਾ ਮੈਂ ਪਠਾਨਕੋਟ ਚੌਂਕ ਤੋਂ ਭਜਾਉਣਾ ਦੇਖ ਲੈਣਾ ਕਿ ਬਲਕਾਰ ਸਿੰਘ ਭਜਦਾ ਕਿ ਭਜਦਾ ਆਪਣੇ ਸਿਰ ਤੇ ਖੱਫਣ ਮੈਂ ਵੀ ਬੰਨ ਲੈਣਾ ਇਹ ਵੀ ਬੰਨ ਕੇ ਆ ਜੇ ਭਜੇ ਤੇ ਜਨੈਲ ਲੱਗ ਜਾਏਗਾ ਪਤਾ ਵੀ ਮਾਝੇ ਦਾ ਜਮਾਇਲੇ ਆ ਕਿ ਕੌਣ ਹੈ ਜਲੰਧਰ ਜਮਨੀ ਚਾਉਂ ਚ ਮਾਜੇ ਦੇ ਦੋ ਜਰਨਲ ਅਮਰਸਾਭ ਨੇ ਹੋ ਗਏ ਨੇ ਵਿਦਾਇ ਬਲਕਾਰ ਸਿੰਘ ਵੱਲੋਂ ਦੇ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਹੁਣ ਮਜੀਠਿਆ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ ਖੁਦ ਬਲਕਾਰ ਸਿੰਘ ਹੁਣਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਬਲਕਾਰ ਜੀ ਜੋ ਕੱਲ ਮਜੀਠਿਆ ਵੱਲੋਂ ਬਿਆਨ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਹੋਣਾ ਤੁਹਾਡੇ ਕੀ ਕਹਿਣ ਇਸ ਬਾਰੇ ਦੇਖੋ ਇਸ ਦੇ ਸਬੰਧ ਵਿੱਚ ਮੈਂ ਪਹਿਲਾਂ ਪ੍ਰੈਸ ਕਾਨਫਰੰਸ ਕਰ ਚੁੱਕਾ ਹਾਂ ਜੋ ਉਹਨੇ ਬਿਆਨ ਦਿੱਤਾ ਬਹੁਤ ਹੀ ਮਾੜੀ ਗੱਲ ਹੈ ਲੇਕਿਨ ਉਹਨੇ ਮੈਨੂੰ ਜਿਹੜਾ ਉਹਦੀਆਂ ਮੇਰੀਆਂ ਭਾਵਨਾਵਾਂ ਹਰਟ ਹੋਏ ਆ ਅਸੀਂ ਉਸ ਔਲਾਦ ਦੇ ਵਿੱਚੋਂ ਬਾਬਾ ਜੀਵਨ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਦਿੱਲੀ ਦੇ ਚਾਂਦਰੀ ਚੌਂਕ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀ ਚੌਕ ਲੈ ਆਂਦਾ ਸੀ ਤਾਂ ਮੈਂ ਓਪਨਲੀ ਮੈਸੇਜ ਦਿੱਤਾ ਮਜੀਠੇ ਨੂੰ ਕਿ ਲਕੀਰ ਮਾਰ ਲਵੇ ਇਹਦਾ ਪੰਗਾ ਹੁਣ ਸਹੀ ਜਗ੍ਹਾ ਤੇ ਪਿਆ ਤੇ ਆ ਜੇ ਮੈਦਾਨ ਦੇ ਵਿੱਚ ਇਹ ਕਹਿੰਦਾ ਮੈਂ ਪਠਾਨਕੋਟ ਚੌਂਕ ਤੋਂ ਭਜਾਉਣਾ ਦੇਖ ਲੈਣਾ ਕਿ ਬਲਕਾਰ ਸਿੰਘ ਭਜਦਾ ਕਿ ਭਜਦਾ ਆਪਣੇ ਸਿਰ ਤੇ ਖੱਫਣ ਮੈਂ ਵੀ ਬੰਨ ਲੈਣਾ ਇਹ ਵੀ ਬੰਨ ਕੇ ਆ ਜੇ ਤੇ ਤਿਆਰੀ ਕਰ ਲਵੇ ਜਿੱਥੇ ਮਰਜੀ ਆ ਜੇ ਮਾਜੇ ਦੇ ਜਰਨੈਲ ਕਹੇ ਜਾਂਦਾ ਅਕਾਲੀ ਦਰ ਉਹਨੂੰ ਕਹਿੰਦਾ ਮਾਜੇ ਦੇ ਜਰਨੈਲ ਲੱਗ ਜਾਏਗਾ ਪਤਾ ਵੀ ਮਾਜੇ ਦਾ ਜਰਨੈਲ ਹੈ ਕਿ ਕੌਣ ਹੈ ਇਹ ਕੋਣਾਂ ਨੇ ਜਿੱਥੇ ਤੁਸੀਂ ਕਹਿ ਰਹੇ ਕਿ ਜਿਹੜੇ ਅਪਸ਼ਬਦ ਵਰਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਬਲਕਾਰ ਸਿੰਘ ਨੇ ਕਿੱਦਾਂ ਪੈਸੇ ਕਮਾਏ ਕਿੱਦਾਂ ਕੀਤਾ ਉਹਦੇ ਬਾਰੇ ਤੁਸੀਂ ਜ਼ਿਆਦਾ ਜ਼ਿਕਰ ਨਹੀਂ ਕੀਤਾ ਇਹ ਆਪਣੇ ਬਾਰੇ ਦੱਸੇ ਸਾਡੇ ਬਾਰੇ ਇੱਕ ਦੱਸਣ ਵਾਲਾ ਕੌਣ ਹੈ ਅਸੀਂ ਤਾਂ ਦੱਸਾਂ ਨੋਮਾ ਦੀ ਕਿਰਤ ਕੀਤੀ ਆਪਣੀ 32 ਸਾਲ ਸੇਵਾ ਕੀਤੀ ਹੈ ਇਹਦੇ ਵਾਸਤੇ ਇਹ ਆਪਣੇ ਆਪਣਾ ਦੱਸੇ ਵੀ ਨੇ ਕੀ ਕੀ ਕੀਤਾ ਜੇਲ੍ਹਾਂ ਦੇ ਵਿੱਚ ਰਿਆ ਡਰੱਗਸ ਦੇ ਕੇਸ ਵੜੇ ਮਾਨਣਾ ਕਹਿ ਰਿਆ ਕਿ ਮੈਂ ਜੇਲ੍ਹ ਵਿੱਚੋਂ ਆਇਆ ਤੇ ਡਰੱਗਸ ਦੇ ਕੇਸ ਦੇ ਵਿੱਚੋਂ ਜੇਲ੍ਹ ਦੇ ਵਿੱਚ ਆਇਆ ਹੁਣ ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਹੋ ਨਾ ਕਲਬ ਅਸੀਂ ਇਹਦੀ ਐਸਸੀ ਕਮਿਸ਼ਨ ਨੂੰ ਦਿਖਾ ਦੇ ਰਹੇ ਹਾਂ ਔਰ ਜਿਹੜੀ ਇਹਦੀ ਪੰਜਾਬ ਦੇ ਡੀਜੀਪੀ ਨੂੰ ਦਵਾ ਹਰ ਜਗ੍ਹਾ ਤੇ ਇਹਦੀ ਸ਼ਿਕਾਇਤ ਕਰਾਂਗੇ ਇਲੈਕਸ਼ਨ ਕਮਿਸ਼ਨ ਤੋਂ ਕਰਾਂਗੇ ਕਿ ਇਹਨੇ ਸਾਡੀਆਂ ਭਾਵਨਾਵਾਂ ਹਟ ਕੀਤੀਆਂ ਇਕ ਪਹਿਲੇ ਜਿਹੜੀ ਸਿਆਸਤ ਹੁੰਦੀ ਸੀ ਬੜੀ ਹੀ ਸੋਫਿਸਟੀਕੇਟਿਡ ਹੁੰਦੀ ਸੀ ਭਾਸ਼ਾ ਮਰਿਆਦਿਤ ਭਾਸ਼ਾ ਵਰਤੀ ਜਾਂਦੀ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦੇਖਿਆ ਹੈ ਕਿ ਜਿਹੜੇ ਕੀ ਵਿਧਾਇਕ ਨੇ ਜਾਂ ਜਿਹੜੇ ਸਿਆਸਤਦਾਨ ਨੇ ਹਾਲਾਂਕਿ ਤੁਹਾਨੂੰ ਸਿਆਸਤ ਆਇਆ ਤਾਂ ਫਿਰ ਵੀ ਘੱਟ ਸਮਾਂ ਹੋਇਆ ਪਰ ਮਜੀਠੀਆ ਦਾ ਕੰਪੈਟਿਟਿਵਲੀ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਐਕਸਪੀਰੀਅੰਸ ਰਿਹਾ ਪਰ ਹੁਣ ਜ਼ਿਆਦਾਤ ਰਹੀ ਦੇਖਿਆ ਜਾ ਰਿਹਾ ਕਿ ਸਿਆਸਤ ਦੇ ਵਿੱਚ ਜਿਹੜੀ ਗੈਰ ਮਰਿਆਦਿਤ ਭਾਸ਼ਾ ਵਾ ਉਹ ਬਹੁਤ ਵਰਤੀ ਜਾਣ ਲੱਗ ਪਈ ਦੇਖੋ ਜਿਹੜਾ ਮਜੀਠੀਆ ਨਾ ਜੀ ਇਹ ਤਾਂ ਇਹਨਾਂ ਦਾ ਕਮੀ ਇਹ ਹੈ ਤਾਂ ਕਦੀ ਸਾਡੇ ਸੀਐਮ ਸਾਹਿਬ ਦੇ ਖਿਲਾਫ ਬੋ ਕਜੀ ਕੇਜੀਵਾਲ ਸਾਹਿਬ ਦੇ ਪਰ ਇਹ ਇਦਾਂ ਦੇ ਲਫਜ਼ ਮਾੜੇ ਬੋਲਦਾ ਜਿਹੜੇ ਕਿ ਸਮਾਜ ਦੇ ਵਿੱਚ ਐਕਸੈਪਟੇਬਿਲਟੀ ਨਹੀਂ ਹੈਗੀ ਛੋਟੀਆਂ ਤਿਆਂ ਪੈਣਾ ਹੈ ਪਰਿਵਾਰ ਅੱਛੇ ਆ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਅਸੀਂ ਸਿਰਫ ਤੇ ਸਿਰਫ ਅੱਜੂ ਮੈਂ ਬੈਸਕੋਫੈਂਸ ਕਰ ਰਿਹਾ ਸਿਰਫ ਮੈਂ ਇਸ ਬੰਦੇ ਨੂੰ ਕਹਿ ਰਿਹਾ ਵੀ ਇਹਨੇ ਮੈਨੂੰ ਗਲਤ ਬੋਲਿਆ ਹੈਗਾ ਮੈਂ ਉਹਦੇ ਨਾਲ ਗੱਲ ਕਰ ਰਿਹਾ ਨਾ ਕਿ ਮੈਂ ਉਹਦੀ ਕੋਈ ਕਿਸੇ ਉਹਦੀ ਕਿਸੇ ਨੂੰ ਟਾਰਗੇਟ ਕਰ ਰਿਹਾ ਹੈਗਾ ਜੇ ਉਹਨੇ ਮੈਂ ਗਲਤ ਕੀ ਬੋਲਿਆ ਤੇ ਮੈਂ ਉਹਦਾ ਜਵਾਬ ਦਿੰਦਾ ਇਸ ਤੋਂ ਬਾਅਦ ਮਤਲਬ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਔਰ ਇਹਨਾਂ ਦਾ ਕੰਮ ਹੀ ਇਹ ਹੈ ਜੀ ਇਹਨਾਂ ਦੇ ਕੰਮ ਕਰਕੇ ਇਹਨਾਂ ਜੇ ਪੰਜਾਬ ਚ ਨਾ ਪਾਰਟੀ ਬਰਬਾਦ ਹੋ ਗਈ ਹੈ ਸੀਐਮ ਕੇਜਰੀਵਾਲ ਤੇ ਸ਼ਰਾਬ ਪੀਣ ਦੇ ਇਲਜ਼ਾਮ ਲਗਦੇ ਰਹਿੰਦੇ ਸੀ ਪਰ ਹੁਣ ਜੋ ਦੇਖਿਆ ਗਿਆ ਉਹ ਕਿਉਂਕਿ ਸੁਲਿੰਦਰ ਚੌਧਰੀ ਉਹਨਾਂ ਦੀ ਸ਼ਮੂਲੀਅਤ ਤੁਸੀਂ ਕਰਵਾਈ ਸੀ ਆਪਣੀ ਕਰਤਾਰਪੁਰ ਰੈਲੀ ਦੌਰਾਨ ਹੁਣ ਉਹਨਾਂ ਦੇ ਖਿਲਾਫ ਲੈ ਕੇ ਵੀ ਇਦਾਂ ਦੀ ਹੀ ਬਿਆਨਬਾਜ਼ੀ ਮੁਜੀਠਾ ਵੱਲੋਂ ਕੀਤੀ ਗਈ ਉਹਦੇ ਵਿੱਚ ਉਹਦੇ ਜੋ ਬਿਆਨਬਾਜ਼ੀ ਕਰ ਰਿਹਾ ਉਹਦੇ ਬਾਰੇ ਉਹਨੂੰ ਪਤਾ ਹੋਵੇਗਾ ਠੀਕ ਹੈ ਸ਼ੁਕਰੀਆ ਸੋ ਇਹਨ ਵਿਦਾਇਕ ਬਲਕਾਸ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਮਨੀ ਚੋੜਾ ਦੇ ਵਿੱਚ ਜਿਸ ਤਰੀਕੇ ਨਾਲ ਬਿਆਨਬਾਜ਼ੀ ਕੀਤੀ ਜਾ ਰਹੀ ਉਹ ਉਹਦਾ ਇੱਕ ਸਖਤ ਜਵਾਬ ਦੇਣਗੇ ਇਸ ਬਾਬਤ ਉਹਨਾਂ ਨੇ ਐਸਸੀ ਕਮਿਸ਼ਨ ਨੂੰ ਕੰਪਲੀਟ ਦੇਣ ਲਈ ਵੀ ਗੱਲ ਕੀਤੀ ਹੈ ਕੈਮਰਾਵਰਸਨ ਦਵਿੰਦਰ ਬਿੱਲੜ ਨਾਲ ਅਤੁਲ ਸ਼ਰਮਾ ਟੀਵੀ ਪੰਜਾਬ ਚਲੰਦਰ